ਮਾਮਲਾ ਨਕਲੀ ਦੁੱਧ ਦਾ ਸਿਹਤ ਵਿਭਾਗ ਨੂੰ ਜਾਂਦੀ ਸੀ ਹਰ ਮਹੀਨੇ ਰਿਸ਼ਵਤ। ਪਟਿਆਲਾ ਪੁਲਿਸ ਨੇ ਦੇਵੀਗੜ੍ਹ ਰੋਡ 'ਤੇ ਨਕਲੀ ਦੁੱਧ ਬਰਾਮਦ ਕੀਤਾ ਸੀ। ਪੁਲਿਸ ਦੇ 2 ਦਿਨਾਂ ਰਿਮਾਂਡ ਵਿੱਚ ਕਈ ਵੱਡੇ ਅਹਿਮ ਖੁਲਾਸੇ ਹੋਏ ਹਨ। ਇਹ ਗੱਲ ਸਾਹਮਣੇ ਆਈ ਕਿ ਸਿਹਤ ਵਿਭਾਗ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਚੱਲ ਰਿਹਾ ਸੀ। ਅੱਜ ਪਟਿਆਲਾ ਦੇ ਪੁਲਿਸ ਲਾਈਨ ਵਿੱਚ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸਿਹਤ ਵਿਭਾਗ ਨੂੰ 5,000 ਰੁਪਏ ਹਰ ਮਹੀਨੇ ਇਸ ਡੇਅਰੀ ਤੋਂ ਜਾਂਦਾ ਸੀ। ਐਸਪੀ ਸਿਟੀ ਦੇ ਕੇਸਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਉਹਦੀ ਵੀ ਅਸੀਂ ਮਹਿਕਮਾ ਪ੍ਰਦੂਸ਼ਣ ਬੋਰਡ ਦਾ ਤਾਲਮੇਲ ਕਰਕੇ ਉਹਨਾਂ ਨੂੰ ਅਸੀਂ ਇਹਦੇ ਅਗੇਂਸਟ ਲਿਖ ਕੇ ਭੇਜ ਰਹੇ ਹਾਂ। ਜੋ ਉਹਨਾਂ ਵੱਲੋਂ ਕਰਨੀ ਕਾਰਵਾਈ, ਜੋ ਇਹ ਪ੍ਰਦੂਸ਼ਣ ਨਾਲ, ਪ੍ਰਦੂਸ਼ਿਤ ਪਾਣੀ ਨਾਲ ਆਬੋ ਹਵਾ ਨੂੰ ਜਾਂ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਰਿਹਾ, ਉਹਦੇ ਬਾਰੇ ਅਸੀਂ ਵੱਖਰਾ ਲਿਖ ਕੇ ਭੇਜਾਂਗੇ ਤਾਂ ਜੋ ਇਹਦੇ ਖਿਲਾਫ਼ ਕੋਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਬਾਕੀ ਜਿਹੜਾ